ਅਸਲਾਮੁਅਲੈਕਮ ਜੀ ਸਾਰਿਆਂ ਨੂੰ ਤੇ ਮਿਲਦੇ ਹਾਂ ਜੀ 28 ਅਪ੍ਰੈਲ ਯੂਕੇ ਟੂਰ ਸਟਾਰਟ ਹੈ ਸਾਡਾ ਜੀ ਸਤਿ ਸ਼੍ਰੀ ਅਕਾਲ ਸਲਾਮ ਜੀ ਸਾਰਿਆਂ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੁਝ ਸਾਡੀ ਫੈਮਿਲੀ ਪ੍ਰੋਬਲਮਸ ਚੱਲਦੀਆਂ ਪਈਆਂ ਨੇ ਉਹ ਇੱਕ ਅਲੱਗ ਮੈਟਰ ਹੈ ਪਰ ਸਾਡੀ ਕਮਿਟਮੈਂਟ ਸੀ ਐਮ ਜੀ ਪ੍ਰੋਡਕਸ਼ਨ ਔਰ ਪੰਜੀਰੀ ਪ੍ਰੋਡਕਸ਼ਨ ਨਾਲ ਰਜੇਸ਼ ਭਾਅ ਜੀ ਮਹਿਕ ਭਾਅ ਜੀ ਸਾਰਿਆਂ ਨਾਲ ਤਾਂ ਉਹਨਾਂ ਨੇ ਬਹੁਤ ਅੱਛਾ ਟੂਰ ਪਲਾਨ ਕੀਤਾ ਜੋ ਕਿ 28 ਅਪ੍ਰੈਲ ਨੂੰ ਫਸਟ ਸ਼ੋਅ ਸਾਡਾ ਬਰਮਿੰਘਮ ਹੈ ਔਰ ਫਸਟ ਮਈ ਅਸੀਂ ਤੁਹਾਨੂੰ ਮਿਲਦੇ ਲੰਡਨ ਔਰ ਉਸ ਤੋਂ ਬਾਅਦ 5th ਮਈ ਅਸੀਂ ਤੁਹਾਨੂੰ ਮਿਲਦੇ ਹਾਂ ਬ੍ਰੈਡਫੋਰਡ ਔਰ ਉਸ ਤੋਂ ਬਾਅਦ 7th ਮਈ ਗਲਾਸਗੋ ਤਾਂ ਇਹ ਸ਼ੋਅਜ਼ ਨੇ ਜੋ ਜੋਤੀ ਜੀ ਔਰ ਸੁਲਤਾਨਾ ਜੀ ਇਸ ਚੀਜ਼ ਨੂੰ ਪੂਰਾ ਕਰਨਗੇ ਕਮਿਟਮੈਂਟ ਨੂੰ ਔਰ ਰਜੇਸ਼ ਭਾਅ ਜੀ ਮਹਿਕ ਭਾਅ ਜੀ ਲਈ ਔਰ ਸੰਗਤ ਲਈ ਤਾਂ ਨੈਕਸਟ ਫਿਊਚਰ ਦੇ ਵਿੱਚ ਤਾਂ ਔਰ ਹੁਣ ਵੀ ਪ੍ਰੈਜੈਂਟ ਵੀ ਅਸੀਂ ਅਲੱਗ ਅਲੱਗ ਹਾਂ ਤਾਂ ਤੁਹਾਡੀਆਂ ਦੁਆਵਾਂ ਨੇ ਤਾਂ ਜ਼ਰੂਰ ਪਿਆਰ ਦਿਓ ਔਰ ਜ਼ਰੂਰ ਆਇਓ ਕਿਸੇ ਵੀ ਨੈਗਟਿਵਿਟੀ ਦਾ ਕੋਈ ਚੀਜ਼ ਨਾ ਸੁਣੀਓ ਅਸੀਂ ਤੁਹਾਨੂੰ ਸਾਰੇ ਮਿਲਦੇ ਹਾਂ 28 ਅਪ੍ਰੈਲ ਬਰਮਿੰਘਮ ਥੈਂਕ ਯੂ ਅਸਲਾਮ ਵਾਲੇਕਮ ਜੀ ਮੈਂ ਜੋਤੀ ਨੂਰਾ ਅਤੇ ਤੁਹਾਨੂੰ ਸਭ ਤੋਂ ਜ਼ਰੂਰੀ ਗੱਲ ਜਿਹੜੀ ਦੱਸਣੀ ਹੈ ਸਾਡਾ ਜਿਹੜਾ ਇਹ ਯੂਕੇ ਟੂਰ ਆ ਅਤੇ ਦੋਨਾਂ ਭੈਣਾਂ ਦਾ ਲਾਸਟ ਟੂਰ ਹੋਊਗਾ ਅਤੇ ਉਸ ਤੋਂ ਬਾਅਦ ਜਿੱਦਾਂ ਅਸੀਂ ਇਕੱਲੇ ਇਕੱਲੇ ਕੰਮ ਕਰ ਰਹੇ ਹਾਂ ਅਤੇ ਉੱਦਾਂ ਹੀ ਕਰਾਂਗੇ ਅਤੇ ਮੇਰਾ ਅਤੇ ਔਰ ਸੁਲਤਾਨਾ ਦਾ ਇਹ ਸਾਡਾ ਲਾਸਟ ਟੂਰ ਹੈ ਦੋਨਾਂ ਦਾ ਅਤੇ ਦੂਸਰੀ ਗੱਲ ਇਹ ਆ ਕਿ ਸਾਡੇ ਯੂਕੇ ਟੂਰ ਦੇ ਵਿੱਚ ਕੁਨਾਲ ਪਾਸੀ ਜੇ ਆ ਗਿਆ ਅਤੇ ਉਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਉਹ ਸਾਡੇ ਸ਼ੋਅ 'ਚ ਸਾਡੇ ਟੂਰ ਦੇ ਵਿੱਚ ਕੁਨਾਲ ਨਾ ਆਵੇ ਅਤੇ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਉਹ ਆ ਗਿਆ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਤਾਂ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਉਹ ਤਾਂ ਫਿਰ ਹੋਊਗੀ ਔਰ ਬਾਕੀ ਫਿਰ ਤੋਂ ਮੈਂ ਦੱਸ ਦੇਵਾਂ ਇਹ ਸਾਡਾ ਲਾਸਟ ਟੂਰ ਆ ਅਤੇ ਉਸ ਤੋਂ ਬਾਅਦ ਅਸੀਂ ਫਿਰ ਤੋਂ ਇਕੱਲੇ ਇਕੱਲੇ ਕੰਮ ਕਰ ਰਹੇ ਹਾਂ ਬਾਕੀ ਤੁਹਾਡੀਆਂ ਦੁਆਵਾਂ ਨੇ ਔਰ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਹੈ ਸਾਰੀ ਸਾਰਿਆਂ ਸਰੋਤਿਆਂ ਦਾ ਅਤੇ ਤੁਸੀਂ ਜਿਵੇਂ ਸਾਨੂੰ ਪਿਆਰ ਕਰਦੇ ਹੋ ਇੱਦਾਂ ਹੀ ਆਪਣੀਆਂ ਦੁਆਵਾਂ ਔਰ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੀ ਰੱਖਿਓ ਮਿਲਦੇ ਹਾਂ ਜੀ